लख खुशियां पातशाहियां जे सतगुर नदर करे, लख खुशियां पातशाहियां जे सतगुर नदर करे, 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 लख खुशियां पातशाहियां जे सतगुर नदर करे। एक कर गम मंगल पवताए, लगा रंग पार पूर्ण उतारे, गुरमुख हर वर गाए सहज सुख सारे, नानक नाम दहाल हृदय आए, करे सो चंगा मान दोई जन तलाए, अपनी नजर निहाल आपे लिहु लाए, जाजू बसै संतन कहो पुकार, ओ नानक ते पद मना औरत उतर पार, सुख दुख जय पर बिनवंत नानक गुर चरण लागे, वाजी अनाज पूरे सुन के पुनीत कहते भगत, सतगुर दया पर पूरे बिनवंत नानक गुर चरण लागे। Oh,
ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਤਿਹਾਈ ਹੁਣ ਗੁਰ ਤੇ ਅਮਰਦਾਸ ਰਾਮਦਾਸਾਂ ਵਿੱਚ ਸਹਾਇ ਜੀ ਹਰਗੋਬਿੰਦ ਨੂੰ ਸਿਮਰੋ, ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਸਾਹਿਬ ਤੇ ਆਈ ਜਿਹੜੀ ਬਿਠਿਆ ਸਭ ਗੁਜਾਏ, ਗੁਰੂ ਤੇਗ ਬਹਾਦਰ ਸਿਮਰਿਆ ਘਰ ਨੂੰ ਦਿਆਵਾ ਧਾਏ, ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸਿੰਘ ਗੋਬਿੰਦ ਸਿੰਘ ਮਹਾਰਾਜ ਜੀ, ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹ ਕੇ ਆਤਮਕ ਸਰੂਪ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਰੱਖਾ ਸਾਹਿਬ ਬੋਲੋ ਜੀ। ਪੰਨਾ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਅੱਠੀਆਂ ਦਿੱਤੀਆਂ ਤੱਪੀਆਂ ਜਿਨ ਸਾਹਿਬ ਪਾਤਸ਼ਾਹ ਦੀ ਚੰਨ ਕਵਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਵਾਨ ਕਰਨੇ ਪਾਤਸ਼ਾਹ ਜੀ ਆਪ ਜੀਆਂ ਦੇ ਪਵਿੱਤਰ ਮਹਾਂਵਾਕਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਮ ਸੋ ਹੈ ਸਾਹਿਬ ਕਹਿ ਜੇ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ, ਮੇਰੇ ਮਨਾਂ ਦੇ ਮਹਾਂਵਾਕਨ ਸਰਬ ਜੀਆਂ ਪਰ ਕਿਰਪਾ ਕੀਤੀ, ਸੇਵਕ ਪਰਿਵਾਰ ਨੂੰ ਖੁਸ਼ੀਆਂ ਭਰਿਆ ਸੁਭਾਅ ਸਮਾਂ ਬਖਸ਼ਿਸ਼ ਕੀਤਾ, ਦਾਤਾ ਜੀ ਉਹ ਦਲ ਘਰ ਦੇ ਸੇਵ ਸਰਦਾਰ ਬਲਵੀਰ ਸਿੰਘ ਦੀ ਗਿਆਨੀ ਤੱਥਾ ਸਮੂਹ ਪਰਿਵਾਰ ਨੇ ਕਿੱਤਰ ਹੋ ਕੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਨ। ਆਪਣੇ ਗ੍ਰਹਿ ਵਿਖੇ ਪ੍ਰਸੋਰ ਹੋਏ ਤੋਂ ਧੁਰਕੀ ਬਾਣੀ ਆਈ ਤਾਂ ਸਗਲੀ ਚੁਣ ਮਟਾਈ, ਸ੍ਰੀ ਅਖੰਡ ਜਪ ਸਾਹਿਬ ਪ੍ਰਾਰੰਭ ਕਰਵਾ ਕੇ ਅੰਮ੍ਰਿਤ ਵੇਲੇ ਸੰਪੂਰਨਤਾ ਭੋਗ ਪਵਾਏ, ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਦਾ ਸਤਿਗੁਰੂ ਜੀ ਹੋ ਆਪ ਜੀ ਕੇ ਪਾਵਨ ਦਰਬਾਰ ਸੱਜੇ ਸੱਜੇ ਦਰਬਾਰ ਅੰਦਰ ਪਾਠਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸੁਰੀ ਮਹੱਲਾ ਪੰਜਵਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਬੇਟਾ ਜੀ ਨੇ ਜਦੋਂ ਫੋਨ ਕੀਤਾ ਭਾਈ ਮਨਿੰਦਰ ਸਿੰਘ ਜੀ ਨੂੰ ਕਿ ਸਾਡੇ ਗ੍ਰਹਿ ਵਿਖੇ ਤੁਸੀਂ ਦਰਸ਼ਨ ਲੈਣੇ ਨੇ, ਮੈਂ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਗਰੀਬ ਨਿਵਾਣਿਆਂ ਦੇ ਗ੍ਰਹਿ ਵਿਖੇ ਆ ਕੇ ਚਰਨ ਪਾਏ। ਹੁਣ ਮਾਣ ਨਾਲ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਕੁਝ ਚੰਗਾ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਪੱਲੇ ਬੰਨ ਕੇ ਜਾਣਾ, ਕੁਝ ਚੰਗਾ ਨਾ ਲੱਗਿਆ ਹੋਵੇ ਦਾਸ ਗਰੀਬ ਨੂੰ ਮੂਰਖ ਜਾਣ ਕੇ ਖਿਮਾ ਕਰ ਦੇਣਾ, ਭੁੱਲਾਂ ਬਖਸ਼ ਲੈਣਾ ਜੀ, ਗੱਜ ਵੱਜ ਕੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।